السلام علیکم. وعلیکم السلام سر. ਨਾਂ ਕੀ ਤੁਹਾਡਾ? ਮੁਬਸ਼ਰ ਇਕਬਾਲ. ਜਗ੍ਹਾ ਦਾ ਨਾਂ ਕੀ ਹੈ? ਜ਼ਿਲ੍ਹਾ ਬੱਖਰ, ਚੱਕ 51 ਟੀ ਦੀ ਫੀਰੂ ਖੁਦ ਰਿਹਾ ਸੀ. ਅੱਛਾ, ਸਰ ਨਾਂ ਕੀ ਚਾਚਾ? ਚੋਕਰ ਸਾਥੀ ਗਏ ਮਾਲ ਚਰੇ ਦੇ ਮੁਸਾ ਤੁਹਾਡੀ ਪੀੜੀ ਉਸ ਤੋਂ ਪਹਿਲੇ ਵਾਲੀ ਹੈ ਕਿ ਪਿਓ ਡਾਡੇ ਵਾਲਾ ਕੰਮ ਆਉਂਦਾ ਪੀ ਹੈ? ਸਹੀ. ਚੋਖੇ ਨਾਗਿਨ ਓਏ ਉਹਨੂੰ ਛਲ ਗਿਨਾ ਪਿੱਛਾ ਤੋਰ. ਹਾਂ, ਅੱਛਾ ਤੁਹਾਡੇ ਬੱਕਰਾ ਹੈ ਇਹ? ਆਪਣੇ ਮਾਲ ਦਾ ਜਾਂ ਬਾਹਰੋਂ ਗਿਣਦਾ? ਮੰਡੀ ਤੋਂ ਬਾਹਰੋਂ ਗਿਣਦਾ. ਅੱਛਾ, ਕਿਹੜੀ ਨਸਲ ਹੈ? ਫਤਿਹਪੁਰੀ ਸ਼ਰੀਫ ਦੇ ਚੌਕਾ ਦਾ ਮਿੱਟੀ ਗਿਣ ਕੇ ਹੈ. ਅੱਛਾ, ਇਹ ਬੀਤਲ ਹੈ? ਪਿਓਰ ਬੀਤਲ. ਬਸ ਕਿਆ ਰੂਟੀਨ ਹੁੰਦੀ ਹੈ ਬੱਕਰੀਆਂ? ਬੱਕਰੀਆਂ ਛੁੱਟਾ ਰਹਿੰਦਾ, ਕ੍ਰਾਸ ਸੀਜ਼ਨ ਆਉਂਦੀਆਂ ਜਾਂ ਇੱਕ ਸੀਜ਼ਨ ਹੀ ਕ੍ਰਾਸ ਕਰਦੇ? ਵੀ ਬਈ ਬਸ ਬੱਕਰੀਆਂ ਦੇ ਵਿੱਚ ਕ੍ਰਾਸ ਹਨ. ਹੁਣ ਕੋਸ਼ਿਸ਼ ਹੈ ਵੀ ਬੱਕਰੀਆਂ ਵੀ ਜੱਕੀਆਂ ਇਸੇ ਨਸਲ ਦੀਆਂ ਬਣੋ. ਇਸ ਚੋਕੇ ਬੱਕਰੀਆਂ ਇਹਦੇ ਕੋਲ ਲੱਗ ਗਈਆਂ? ਇਸੇ ਕੋਲ ਤਕਰੀਬਨ ਤਕਰੀਬਨ ਆ ਬੱਕਰੀਆਂ ਮੇਰੇ ਲੱਗ ਚੁੱਕੀਆਂ. ਅੱਛਾ, ਤੇ ਬਾਕੀ ਵੀ ਜਿੰਨੇ ਵਧੀਆਂ ਤਕਰੀਬਨ ਹੁਣ ਜਿਹੜੀਆਂ ਨਵੀਆਂ ਲੱਗੀਆਂ ਹੋਈਆਂ ਇਸੇ ਦੀ ਲੱਗੀਆਂ ਵਧੀਆਂ. ਸਹੀ. ਇਹ ਡੰਦੇ ਕਿਵੇਂ ਹੈ? ਖੀਰਾ ਹੈ? ਖੀਰਾ. ਅੱਛਾ ਚਾਚਾ, ਬੰਦੇ ਆਖਦੇ ਨੇ ਵੀ ਖੀਰਾ ਬੱਕਰਾ ਜਿਹੜਾ ਹੈ ਨਾ, ਬੱਕਰਾ ਹਮੇਸ਼ਾ ਛਿੱਗਾ ਜਾਂ ਜਿਵੇਂ ਪੱਕਾ ਬੱਕਰਾ ਮੰਨਦੇ ਨੇ ਨਸਲ ਸਹੀ ਵਧਾਇਆ ਹੈ, ਖੀਰੇ ਦੀ ਕੋਈ ਜ਼ਿਆਦਾ ਰਿਜ਼ਲਟ ਨਹੀਂ ਆਉਂਦਾ? ਅੱਛਾ ਚਲੋ. ਅੱਛਾ, ਪੱਕੇ ਬੱਕਰੇ ਦਾ. ਵੈਸੇ ਬਈ ਆਖਦੇ ਹੁਣ ਅੱਗੇ ਜਿਹੜੇ ਖੀਰੇ ਕੋਲ ਚੜ੍ਹ ਸਨ ਨਾ, ਤਾਂ ਉਹ ਬੱਕਰੀਆਂ ਬਈ ਫਲ ਪਿਓਰ ਨਾ ਜਾਏ ਸਨ, ਅੱਧਾ ਫਲ. ਅੱਛਾ, ਕੱਚੇ. ਸਹੀ, ਠੀਕ. ਅਤੇ ਇਹ ਹੁਣ ਅੱਗੋਂ ਸਰਦੀਆਂ ਦਾ ਸੀਜ਼ਨ ਆਉਂਦਾ ਪੀ, ਬੱਕਰੀਆਂ ਜਿਹੜੇ ਪਹਿਲੇ ਕ੍ਰਾਸ ਸੀ ਉਹ ਸੂਸੇ ਪਹਿਲੇ ਕ੍ਰਾਸ ਠੀਕ ਹੈ, ਯਾਨੀ ਕਿ ਮੂੰਗੀ ਦੇ ਚਰੇ ਦੇ. ਅੱਛਾ, ਉਹ 12ਵੇਂ ਮਹੀਨੇ ਪਹਿਲੇ ਮਹੀਨੇ ਸੂਸੇ ਮੇਰੀ ਹੁਣ ਬੜੀਆਂ ਪੈਣ, ਚੌਥੇ ਪੰਜਵੇਂ ਜਵਾਨ ਸੂਸਨ. ਲੇਕਿਨ ਅਸਲ ਜਿਹੜਾ ਬੱਕਰੀਆਂ ਦਾ ਮੌਸਮ ਇਹ ਹੋਣੇ ਤਾਂ ਕਿ ਫਲ ਸਰਦੀਆਂ ਕੱਢ ਕੇ ਦੇ ਸਨ. ਅੱਛਾ, ਇਹ ਜਿਹੜਾ ਹੁਣ ਜਿਹੜੀਆਂ ਹੁਣ ਲੱਗੀਆਂ ਇਹ ਬਾਅਦ ਸੂਸਨ ਸਰਦੀਆਂ ਕੱਢ ਕੇ? ਜੀ ਹਾਂ, ਜਿਹੜੀ ਅੱਜ ਕੱਲ੍ਹ ਲੱਗਦੀਆਂ ਵਧੀਆਂ ਇਹ. ਸਹੀ, ਆਪਣਾ ਨਹੀਂ ਪਹਿਲੇ ਲੱਗਦੀਆਂ. ਬੱਕਰਾ ਛੋੜੀ ਜਾਂਦੇ ਵਿੱਚ ਇਹਦਾ ਕੋਈ ਅਸਰ ਤਾਂ ਨਹੀਂ ਥੀਂਦਾ ਬਈ? ਬੱਕਰੀਆਂ ਬਹੁਤ ਜ਼ਿਆਦਾ ਬਣ ਗਿੰਦੇ ਆ. ਅੱਛਾ, ਲੈਦਾ ਇੱਕ ਖੁਰਾਕ ਹੁੰਦੀ ਹੈ? ਅੱਛਾ, ਕੋਈ ਨਾ ਰਹੇ ਤਾਂ ਕੜੀ ਤੇ ਸਾਰੇ ਜਾੜੇ ਹੁਣ ਤੁਹਾਡੇ ਸਾਹਮਣੇ ਭੁੱਖਾ ਖੜੇ, ਕਿਉਂਕਿ ਬੱਕਰੀਆਂ ਦੇ ਪਿੱਛੂ ਆਉਂਦਾ ਬੱਕਰੀ ਨਾ ਬਿਨਾ ਕੁੱਲੂ ਤਰਾ ਚੰਗੇ ਚੰਗੇ ਬੱਕਰੀ ਨਾ ਬਿਨਾ ਸਾਹਮਣੇ ਸਿੱਟੀ ਬੱਕਰੀ ਨਾ ਬਿਨਾ ਮੋੜੇ ਮੋੜੇ ਤਾਂ ਅੱਧਾ ਨਹੀਂ ਬੱਕਰੀ ਨਾ ਬਿਨਾ. ਅੱਛਾ, ਇਸ ਦਫਾ ਚੋਕਸ਼ੇ ਬੱਕਰੀਆਂ ਫਿਰੀਆਂ ਬਾਅਦ ਬੱਕਰੀਆਂ ਫਿਰ ਵਹਿੰਦੀਆਂ ਨਾ? ਸਿਆਲੇ ਵਾਲਾ ਫਲ ਨਹੀਂ ਬਚਦਾ? ਸਹੀ. ਇਹ ਮੱਖੀ ਚੀਨੀ ਹੈ? ਰਾਜਨਪੁਰੀ ਬੱਕਰੇ ਅਲੱਗ ਨਸਲ ਦੇ
ਸਹੀ ਇਹ ਜਿਹੜੀਆਂ ਵਧੀਆਂ ਡੱਬੀਆਂ ਬੱਕਰੀਆਂ ਫਤਿਹਪੁਰੀ ਇਹ ਵਧੀਆਂ ਨੇ, ਇਹ ਵਧੀਆਂ ਨੇ ਪਿੱਛੋਂ ਖੜੀ ਹੈ ਹੋਰ ਬੱਕਰੀ। ਠੀਕ ਇਹ ਕਬ ਬਣੇ ਜੀ? ਆਏ ਕਬ ਬਣੇ? ਸਹੀ ਸਾਰੀਆਂ ਕੋ ਕ੍ਰਾਸ ਥੀਆਂ ਜੀ? ਆ ਇਹ ਬੱਕਰੀ ਸੂਈ ਹੋਈ ਹੈ। ਠੀਕ ਇਹ ਬੱਕਰੀ ਕਬ ਬਣੇ? ਇਹ ਪਰਲੀ ਦੀ ਕਬ ਬਣੇ? ਇਸੇ ਦੀ ਬਣੀ ਹੋਈ ਹੈ। ਇੱਕ ਨੱਪੇ ਇੱਕ ਟੋਰੇਗਾ ਇਹ ਬੱਕਰੀ ਨੂੰ, ਇੱਕ ਇੱਕ ਕਰਨ ਕੋਈ ਕਹੇ ਕੋਈ ਇੱਕ ਟੋਰੇਗਾ ਬੱਕਰੇ ਛੋੜ ਦੇ ਮਹੀਨਾ ਖਾਨ ਕੱਢ ਦੀ ਆਲੀ ਬੱਕਰੀ। ਅੱਛਾ ਕਿਉਂਕਿ ਫਲ ਦਿੱਤੇ ਸੀ ਇਹ ਬੱਕਰੀ ਕਿਉਂਕਿ ਫਲ ਦਿੱਤੇ ਨੇ ਕਹਿੰਦੀ ਪਈ ਜੋੜਾ? ਅੱਛਾ ਇਹਨਾਂ ਦੇ ਬਾਰੇ ਮਸ਼ਹੂਰ ਹੈ ਮੱਖੀ ਜਿੰਨ ਬਾਰੇ ਹੇਤ ਬੀਤਲ, ਇਹ ਵੀ ਬੀਤਲ ਨਸਲ ਬਈ, ਇਹ ਇਹਨਾਂ ਦੇ ਜਿਹੜੇ ਫਲ ਨਹੀਂ ਨਾ ਇਹ ਫਲ ਨਹੀਂ ਪਲੇਂਦੇ ਸਹੀ ਤਰੀਕੇ ਹੁੰਦਾ। ਅੱਛਾ ਦੇਸੀ ਇਹ ਕਬਾਂ ਨੇ? ਬੱਕਰੀਆਂ ਦੀ ਖੜੀ ਮੁਸ਼ਕੀਆਂ ਅੱਛਾ ਕਾਲੀਆਂ ਕਾਲੀਆਂ ਇਹ ਜੀ ਥੋੜ੍ਹਾ ਆਪਣੀ ਦੇਸੀ ਨਸਲ ਹੀ ਵਧੀ ਹੈ ਜਿਵੇਂ ਪਠੋਰਾ ਵੱਧਾ ਹੈ। ਠੀਕ ਸਾਡੇ ਇਲਾਕੇ ਦੇ ਵਿੱਚ ਇਹ ਬੱਕਰੀ ਜ਼ਿਆਦਾ ਕਾਮਯਾਬ ਹੈ। ਅੱਛਾ ਇਹ ਤੁਸੀਂ ਜੋ ਬਹਿਸ 'ਚ ਰਹਿੰਦੇ ਵੇ ਸਾਡੇ ਸਾਰੇ ਮਾਲ ਨੂੰ ਜਿਹੜੇ ਦਿਨ ਖੜ ਤਾਂ ਮਾਲ ਨਹੀਂ ਬਣੀ ਸਕਦਾ ਨਾ, ਤਾਂ ਇਹਨੂੰ ਇਹ ਡਿਵਰਮਰ ਠੀਕ ਹੈ ਕੀੜਾ ਦਵਾਈ ਇਹ ਕਿਤਨੇ ਅਰਸੇ ਬਾਅਦ ਦਿੰਦੇ ਵੇ? ਇਹ ਸਰ 3 ਮਹੀਨਾ ਬਾਅਦ ਵੈਕਸੀਨ ਵੀ 3 ਮਹੀਨਾ ਬਾਅਦ ਜ਼ਿਆਦਾ ਅਰਸਾ ਨਹੀਂ ਵੈਸੇ 2 ਮਹੀਨੇ ਬਾਅਦ 2 ਮਹੀਨੇ 3 ਮਹੀਨੇ ਟ੍ਰਾਈ ਵੀ ਸੀ ਵੈਨ। ਅੱਛਾ ਫੁਰਸਤ ਦੇ ਨਾਲ ਹੁੰਦਾ ਹੁਣ ਖਿਆਲ ਦੇ ਵੀ ਪ੍ਰੋਬਲਮ ਬਣਦੀ ਹੈ ਡਾਕਟਰਾਂ ਕੋ ਵੀ ਸਭ ਕੋ ਵੀ ਤੇ ਉਹ ਹਾਲਾਤ ਵੀ ਹਰ ਬੰਦੇ ਦੇ ਨਹੀਂ ਹੁੰਦੇ। ਗਰਮੀਆਂ ਦੇ ਵਿੱਚ 2 ਮਹੀਨਾ ਬਾਅਦ ਹੀ ਸੀ ਐਵਰ ਮੈਕਟਨ ਲੈਂਦੇ ਸੀ ਮਾਲ 2.5 ਮਹੀਨੇ ਐਵਰ ਮੈਕਟਨ ਲੈਂਦੇ ਹੁੰਦੇ ਵੀ ਉਸ ਤੋਂ ਬਾਅਦ ਵੈਕਸੀਨ ਵੀ ਹੋ ਗਈ ਨੰਬਰ ਤੌਰ ਤੇ ਜਿੰਨੀ ਹੋਣੀ ਹੈ ਚਿਚੜੀ ਵਾਲਾ ਟੀਕਾ ਚਿਚੜੀ ਵਾਲਾ ਟੀਕਾ ਹੋ ਗਿਆ ਦਵਾਈਆਂ ਜਿਹੜੀਆਂ ਹੋਣੀਆਂ ਪਿਲਾਵਣ ਵਾਲੀਆਂ। ਅੱਛਾ ਪਿਛਲੇ ਦਿਹਾੜਾਂ ਦੇ ਵਿੱਚ ਮਕਸਦ ਜਿਵੇਂ ਅਸਾਂ ਮੂੰਗੀਆਂ ਦੇ ਵਿੱਚ ਹੁੰਦੇ ਹਾਂ ਉਹ ਮਾਲ ਪੈਦਾ ਪਈ ਹੈ, ਅਸਾਂ ਜਿਵੇਂ ਮੂੰਗੀਆਂ ਦੇ ਵਿੱਚ ਜਾਂ ਕਣਕਾਂ ਦੇ ਵਿੱਚ ਸਿੱਟਾ ਖਾਂਦੀਆਂ ਇਹ ਬਹੁਤ ਜ਼ਿਆਦਾ ਸ਼ਿਕਾਇਤ ਆਉਂਦੀ ਅਜ਼ਾਰ ਦੀ, ਕੋਈ ਇਸ ਤਰ੍ਹਾਂ ਦਾ ਕੇਸ ਤੁਹਾਡੇ ਕੋਲ ਆਉਂਦਾ ਸਿੱਟੇ ਦੇ ਵਿੱਚ? ਸਿੱਟੇ ਦੇ ਵਿੱਚ ਮਾਲ ਜਿਹੜਾ ਅੰਦਰ ਹੁੰਦਾ ਨਾ ਨਰਮ ਹੁੰਦਾ ਔਰ ਮੂੰਗੀ ਹੁੰਦੀ ਹੈ ਸਖਤ ਖੁਸ਼ਕ ਹੁੰਦੀ ਹੈ। ਅੱਛਾ ਮਕਸਦ ਵੀ ਮੈਦਾ ਹੈ ਲੋਕ ਸਿਆਦਾ ਉਹਦੇ ਨਜ਼ਮ ਨਰਮ ਗਿਜ਼ਾ ਦਾ ਬਲ ਯਕਦਮ ਕਣਾ ਕੇ ਜਾਂ ਕੁਛ ਇਸ ਵਜ੍ਹਾ ਤੋਂ ਕੰਮ ਕੀ ਹੈ ਨਾ ਉਹਦੇ ਵਾਸਤੇ ਹੈ ਅਗਰ ਅੱਛਾ ਸਪਰੇਅ ਉਹਦਾ ਤੇ ਤਰੀਕਾ ਕਰ ਇੱਕ ਥੋੜਾ ਥੋੜਾ ਖਵਾਓ ਅੱਛਾ ਥੋੜਾ ਥੋੜਾ ਖਵਾਓ ਤਾਂ ਇਸ ਤਰ੍ਹਾਂ ਜਿੰਨ ਇਸ ਤਰ੍ਹਾਂ ਦਾਇਕ ਜਿਹੜੇ ਗੁਜ਼ਰਾਂ ਨੇ ਜਿੰਨ ਵੀ ਆਤੇ ਆਵੇਂ ਤੇ ਮਾਲ ਦੀ ਰੂਟੀਨ ਬਣਾਉਂਦੇ। ਅੱਛਾ ਅਗਰ ਜਿਵੇਂ ਹੁਣ ਤੁਸੀਂ ਇੱਥੇ ਬੈਠੇ ਵੇ ਕੋਈ ਮਕਸਦ ਹੈ ਨੇੜੇ ਤੇੜੇ ਕੋਈ ਆਬਾਦੀ ਸ਼ਬਾਦੀ ਕਹਾਣੀ ਤਾਂ ਖੜੇ ਵੇ ਇੱਥੇ ਹੀ ਬੱਕਰੀ ਹਵਾ ਕਰ ਵੈਂਦੀ ਹੈ ਤਾਂ ਕਿਆ ਇਲਾਜ ਹੈ ਤੁਹਾਡੇ ਕੋਲ ਮਕਸਦ ਹੈ ਕਿਆ ਇਲਾਜ ਤੁਸੀਂ ਕਰਦੇ ਦੇਸੀ ਇਲਾਜ ਟੂਣਾ ਅਕੜਾ ਅਕੜਾ ਮਿਲ ਵੈਂਦਾ ਜੰਗਲ ਜਿਸਾਂ ਵਿੱਚ ਚਰਾਗਾ। ਅੱਛਾ ਉਹ ਮਕਸਦ ਇੱਕ ਬੂਟਾ ਜਿਹਾ ਹੁੰਦਾ ਹੈ ਸਹੀ ਬਈ ਕਿਸ਼ ਹੁੰਦੇ ਹੋਰ ਬੱਕਰੀ ਦੋ ਦੋ ਘੋੜ ਫੜ ਕੇ ਪਰੇ ਪੱਤਰ ਛੋੜਾ ਮੂੰਹ ਦੇ
ਐ ਇੱਕ ਅਕੜਾ ਬਈ ਕਿਰੀ ਦਸੀ ਚੀਜ਼ ਦਸੀ ਵੇ ਇਹ ਬੋਲ ਬੋਲ ਜਾਏ ਤੇ ਪੇੜ ਦੇ ਇਸ ਤਰ੍ਹਾਂ ਮਾਰ ਛੋੜ ਅੱਛਾ ਚੂੰਡੀ ਪਾ ਛੋੜੀ ਨਾ ਸਾ ਅੱਛਾ ਬੀੜਾ ਅੱਛਾ ਹਾਂ ਚੂੰਡੀ ਮਕਸਦ ਚੂੰਡੀ ਪਏ ਉਹ ਨਿਛਾਂ ਆਂਦੀ ਹੈ ਨਾ ਛੀਂਕਾਂ ਨਾਲ ਉਹ ਉਹਦੀ ਹਵਾ ਨਿਕਲ ਵੈਂਦੀ ਹੈ ਅੱਛਾ ਅੱਛਾ ਇੱਕ ਇਹ ਬੜੀ ਕਾਮਨ ਸ਼ਾਇ ਮਕਸਦ ਅਕਸਰ ਪਹਾੜੂ ਜਿਹੜੇ ਨਾ ਇਹਦੇ ਨਾਲ ਜ਼ਾਇਆ ਥੀ ਵੈਂਦੇ ਰਹਿੰਦੇ ਨੇ ਅਤੇ ਇੱਕ ਵੀ ਆ ਹੁੰਦਾ ਹੈ ਇਹ ਚੱਦੇ ਪੱਥਰੀ 'ਚ ਵੈਂਦੇ ਰਹਿੰਦੇ ਨਾ ਇਹ ਬੜਾ ਕਾਮਨ ਇਸ਼ੂ ਹੈ ਉਹਦਾ ਇਹ ਹੈ ਬਈ ਕਿ ਉਹ ਜਾਨਵਰ ਕੋ ਮਲਾਸ਼ ਹੋ ਗਈ ਹੈ ਅੱਛਾ ਲੋਕ ਮਸਾਲੇ ਨਹੀਂ ਦਿੰਦੇ ਕੁਟਮਾ ਨਾ ਖਵਾਇਆ ਅੱਛਾ ਯਾਨੀ ਕਿ ਮਲਾਸ਼ ਇਹ ਥੋੜੀ ਸੰਗੇ ਨਾ ਨਾਨ ਕੇ ਚਰਾ ਕਾ ਦੇ ਮਾਲ ਤਾਂ ਫੁੱਲ ਹੋ ਗਏ ਲੇਕਿਨ ਬਾਤ ਵੀ ਇਹ ਚੀਜ਼ ਹੁੰਦੀ ਜਿਹੜੀ ਹੈ ਮਲਾਸ਼ ਚੰਗਾ ਹੁੰਦੀ ਹੈ ਅੱਛਾ ਇਹ ਵੈਸੇ ਡਿਠਾ ਹੋਵੇ ਨਾ ਤੇ ਇਹ ਵੀ ਇੱਕ ਕਿਸਮ ਦਾ ਨੇਚਰਲ ਕੁਦਰਤੀ ਇੱਕ ਸਮੇਂ ਡਿਵਰ ਮਾਰੇ ਕੀੜੇ ਮਾਰ ਦਵਾਈ ਹੈ ਕਿਸਮ ਦੀ ਇਵੇਂ ਨਾ ਬਹੁਤ ਅੱਛਾ ਮਿਸਾਲ ਹੈ ਲੋਕ ਸੁਕਾ ਕੇ ਵੱਡੇ ਮਾਲ ਗੁੱਤੇ ਨੇ ਛੋਟਾ ਕੋ ਵੀ ਅੱਛਾ ਅੱਛਾ ਇਹ ਚੋਖੀਆਂ ਬੱਕਰੀ ਸੂਈਆਂ ਪੈਣ ਹੁਣ ਫਿਲਹਾਲ ਹੁਣ ਸ਼ੁਰੂ ਹੋ ਗਈ ਹਨ ਅੱਛਾ ਜੀ ਹਾਂ ਤੇ ਅੱਜ ਤੋਂ 10 ਜੜੇ 20 ਜੜੇ ਪਹਿਲੇ ਤੋਂ ਸ਼ੁਰੂ ਹੋ ਗਏ ਹਨ ਸੁਮੀਆਂ ਸਹੀ ਤਕਰੀਬਨ ਸਿਆਲਾ ਸਿਸਟਮ ਜਿਹੜੀਆਂ ਕਣਕਾਂ ਤੇ ਬਣੀਆਂ ਨੇ ਹੁਣ ਸੁਣੀਆਂ ਨਹੀਂ ਹੁਣ ਬਣ ਸਨ ਵਾ ਸਿਸਟਮ ਅੱਛਾ ਵੱਲ ਇਹ ਇਹਦਾ ਕੀ ਹੁੰਦਾ ਸਰਕਾਰ ਤੁਸੀਂ ਇਥੋਂ ਮਾਲ ਜਿਹੜਾ ਹੈ ਇਥੋਂ ਵਿੱਚ ਇਹਦੇ ਮਕਸਦ ਵਪਾਰੀ ਘਰ ਆ ਗਿੰਦਨ ਕਿ ਉਹ ਰੇਟ ਨਾਲ ਹੁੰਦੀ ਹੈ ਅੱਛਾ ਪਹਿਲੇ ਵਪਾਰੀ ਘਰ ਤਾਂ ਦੇਣੀ ਅਗਰ ਅੱਛਾ ਰੇਟ ਲੱਗ ਵਣੇ ਤਾਂ ਬਾਤ ਨੂੰ ਸਹੀ ਦੇ ਦੀ ਤਾਂ ਠੀਕ ਤੇ ਬਾਤ ਬਾਜ਼ਾਰ ਗਿਨ ਗਿਆ ਆਪ ਕਿ ਸਹੀ ਕੰਮ ਹੈ ਔਖਾ ਕੰਮ ਹੈ ਸੌਖਾ ਕੰਮ ਹੈ ਜੀ ਮਿਹਨਤ ਹੈ ਕੋਈ ਕੰਮ ਹੀ ਉਧਰ ਹੀ ਮਿਹਨਤ ਹੈ ਨਾ ਅੱਛਾ ਔਖਾ ਤਾਂ ਨਹੀਂ ਹੈ ਜੀ ਕੋਈ ਵੀ ਕੰਮ ਹੈ ਦੁਨੀਆ ਤੇ ਕੋਈ ਵੀ ਕੰਮ ਹੈ ਦੇਖੋ ਉਧਰ ਵਿੱਚ ਮਿਹਨਤ ਹੈ ਭਾਵੇਂ ਉਹ ਕੁਰਸੀ ਤੇ ਬੈ ਕੇ ਕਰਨਾ ਹੈ ਤਾਂ ਭਾਵੇਂ ਉਹ ਜੋ ਸੋਨੇ ਨਰਮ ਮਾਰਨਾ ਹੈ ਲੁਗੜੇ ਦੇ ਤੁਨੇ ਅੱਛਾ ਇਹ ਵਿੱਚ ਭੇਦੇ ਵਧੀਆਂ ਨੇ ਇਹ ਕਿਹੜੀ ਨਸਲ ਭੇਦਾਂ ਦੀ ਥਲੋ ਚੜ ਥਲ ਦੇਣ ਆਪਣੇ ਇਲਾਕੇ ਦੇਣ ਅੱਜ ਇਹਨਾਂ ਦੇ ਕੁਤਰਾ ਹੋਣ ਦਾ ਕੀ ਸਿਸਟਮ ਹੈ ਕੁਤਰਿਆਂ ਦੇ ਸਿਸਟਮ ਤੋਂ ਉਹਨ ਕਾਫੀ ਸੀ ਵਧੀ ਇਹਨਾਂ ਦੀ ਜੀ ਹਾਂ ਇਹ ਜਿਸ ਟਾਈਮ ਸਰਦੀ ਦਾ ਸੀਜ਼ਨ ਲੰਘ ਸੀ ਨਾ ਤੇ ਬਾਤ ਇਹਨਾਂ ਦਾ ਵਾਹ ਲਾ ਦਿੱਤੇ ਵੈਸੇ ਅੱਛਾ ਉਹਨ ਬੱਤ ਤੁਸੀਂ ਕੁਤਰਵਾ ਸਕਦੇ ਸੋ ਜੀ ਹਾਂ ਗਰਮੀ ਦੇ ਵਿੱਚ ਇਹਨਾਂ ਕੋ ਗਰਮੀ ਨਾ ਹੋਸੀ ਬਤ ਆਣੀਆਂ ਸਰਦੀਆਂ ਤੱਕ ਅੱਛਾ ਮਾਹੌਲ ਬਣ ਜਾਂਦਾ ਇਹਨਾਂ ਦਾ ਲੈ ਵਿੱਚ ਵਧਾ ਇਹ ਲੈ ਲੈ ਜੀ ਹਾਂ ਇਹ ਲੈ ਲੈ ਸਹੀ ਅੱਛਾ ਹੁਣ ਦੇਖ ਨਾ ਮੈਂ ਵੈਸੇ ਡਿੱਠੇ ਇਹੀ ਕਿ ਬੱਕਰਾ ਖੜਾ ਸਾਹਮਣੇ ਠੀਕ ਹੈ ਇਹ ਵਾਲਾ ਇੱਕ ਉਹ ਸਾਹਮਣੇ ਖੜੇ ਦੂਰ ਤਾਂ ਮੇਰੇ ਕੋਲ ਨਜ਼ਰ ਆਏ ਠੀਕ ਹੈ ਇਹ ਵੱਲ ਇਤਨਾ ਜ਼ਬਰਦਸਤ ਬੱਕਰਾ ਰੱਖੀ ਵਧੇ ਵੱਲ ਇਹਨਾਂ ਦੇ ਇਹ ਦੂ ਬੱਕਰੇ ਰੱਖੀ ਵਧੇ ਵੇ ਇਹ ਖਸੀ ਕਰਾ ਰਹੇ ਨੇ ਇਹ ਦੋ ਖਸੀ ਹਨ ਜੀ ਹਾਂ ਇਹ ਤੇ ਖਸੀ ਨਿਕਲ ਰਹੇ ਨੇ ਅੱਛਾ ਉਹ ਸਾਹਮਣੇ ਜਿਹੜੀਆਂ ਮੱਕੀ ਕੀ ਉਹਨਾਂ ਵਾਸਤੇ ਸਾਹਮਣੇ ਬੱਕਰਾ ਵਧਾ ਅੱਛਾ ਉਹਨਾਂ ਦੀ ਨਸਲ ਦਾ ਜਿਹੜੀਆਂ ਟੇਡੀਆਂ ਉਹਨਾਂ ਵਾਸਤੇ ਇਹ ਵਧਾ ਜੇ ਫਤਿਹਪੁਰ ਨਸਲ ਨੇ ਉਹਨਾਂ ਵਾਸਤੇ ਆਪਣੀ ਨਸਲ ਲੱਗਦੀ ਯਾਨੀ ਕਿ ਜਿਹੜੀ ਕਾਸਟ ਤੇ ਉਹਨਾਂ ਆਪਣਾ ਨਾਰਾ ਲੈਦਾ ਤੁਸੀਂ ਕਿਹਾ ਦੇਵੇ ਵੀ ਬੱਕਰੀਆਂ ਬਾਜ਼ ਕੋ ਲੋਕ ਆਦੇ ਨਾ ਬਈ ਨਕੋੜਾ ਤੇ ਕੰਨ ਠੀਕ ਹੈ ਤੁਸੀਂ ਕਿਹਾ ਤੁਹਾਡੇ ਵਾਸਤੇ ਅੱਛਾ ਸਮਝ ਅੱਛਾ ਨਕੋੜਾ ਤੇ ਕੰਨ ਹੀ ਨਹੀਂ ਹੁੰਦਾ ਸਰ ਵੀ ਇੱਕ ਮੂੰਹ ਦੀ ਖੂਬਸੂਰਤੀ ਹੁੰਦੀ ਹੈ ਅੱਛਾ ਰੇਟਿੰਗ ਦੀ ਬੁਨਿਆਦ ਤੇ ਲੱਗਦਾ ਹੈ ਇੱਕ ਨਕੋੜਾ ਇੱਕ ਕੰਨ ਜੀ ਹਾਂ ਇਹ ਮੂੰਹ ਦੀ ਖੂਬਸੂਰਤੀ ਹੈ ਬਾਕੀ ਜਾਨਵਰ ਦੇ ਵਜੂਦ ਨਾਲ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਜਾਨਵਰ ਦਾ ਸਿਰਫ ਮੂੰਹ ਹੀ ਸੋਹਣਾ ਹੋਵੇ ਤਾਂ ਬਾਕੀ ਜਾਨਵਰ ਨਾ ਹੋਵੇ ਅੱਛਾ ਅੱਛਾ ਹੁਣ ਭੇਡੇ ਵਿੱਚ ਵਧੀਆਂ ਬੱਕਰੀਆਂ ਵਧੀਆਂ ਭੇਡਾਂ 'ਚ ਕਿਆ ਜ਼ਿਆਦਾ ਨਫਾ ਹੈ ਬੱਕਰੀਆਂ ਦੇ ਵਿੱਚ ਬੱਕਰੀ ਜ਼ਿਆਦਾ ਪਰ ਜ਼ਿਆਦਾ ਬੱਕਰੀ ਦੇ ਵਿੱਚ ਹੈ ਲੇਕਿਨ ਚਰਾਉਣੀ ਆਸਾਨ ਉਹਦੇ ਵਿੱਚ ਮੁਸ਼ਕਲ ਵੀ ਹੈ ਉਹਦਾ ਖਰਚਾ ਜ਼ਿਆਦਾ ਹੈ ਜਿਹੜੀ ਭੇਡ ਜਾਨਵਰ ਹੈ ਇਸਦਾ ਖਰਚਾ ਕਮ ਹੈ ਇਹ ਚਰਾਉਣੀ ਵੀ ਆਸਾਨ ਹੈ ਹੁਣ ਜਿਵੇਂ ਸਰਦੀਆਂ ਆਉਂਦੇ ਪਏ ਹੁਣ ਸਾਫ ਦੇ ਫਸਲਾਂ ਵਹਿ ਗਈਆਂ ਚਰੇ ਤਾਂ ਖਤਮ ਸੀ ਵੈਸੇ ਵੱਲ ਕਿਆ ਇਹਨਾਂ ਅੱਗੋਂ ਸੀ
ਜਿਹੜਾ ਭੇਦ ਇਹ ਨਹਿਰ ਤੇ ਜਿਹਨਾਂ ਕਿ ਨਹਿਰ ਦੇ ਕਿਨਾਰਾਂ ਤੇ ਸਹੀ ਥੋੜੀ ਜਗ੍ਹਾ ਤੇ ਵੀ ਗੁਜ਼ਾਰਾ ਕਰ ਸਕਦੀ ਹੈ। ਜਿਹੜੀ ਬੱਕਰੀ ਹੈ ਇਸ ਵਾਸਤੇ ਨਿਸਾ ਸਟਾਕ ਹੁੰਦਾ ਹੈ, ਨਿਸਾ ਪਾਉਂਦਾ ਇਸ ਨੂੰ ਨਾਲ ਦਾਣਾ ਪਾਤਾ ਕਹਿੰ ਚਣਾ ਪਾਤਾ, ਯਾਨੀ ਘਰ ਕੋਈ ਆਪਣੇ ਔਸਤ ਮੁਤਾਬਿਕ ਮਿੱਟੇ ਤੇ ਜਿਹੜਾ ਕੋਈ ਪਾ ਸਕਦਾ। ਇਹ ਨਿਸਾ ਤੋਂ ਸਟਾਕ ਕੀਤੀ ਪੈਰਾ ਸੋ ਲਾਂਗੀ ਮਿਲ ਗਈ, ਉਸ ਤੋਂ ਬਾਅਦ ਦੇਰ ਦੀ ਲਾਂਗੀ ਆਉਂਦੀ ਹੈ, ਸਨੀ ਦੀ ਆਉਂਦੀ ਹੈ। ਠੀਕ ਜ਼ਬਰਦਸਤ। ਅੱਛਾ ਉਹ ਸਾਹਮਣੇ ਉਹ ਇਹ ਜਿਵੇਂ ਮਾਲ ਤਰੇ ਚਾਰ ਤੋਂ ਤਰੇ ਬੰਦਾ ਦਾ ਹੈ ਨਾ ਮਾਲ? ਜੀ ਹਾਂ, ਇਹ ਤਰੇ ਬੰਦਾ ਮਾਲ ਨਿਖੜ ਸੀ ਕਿਵੇਂ? ਇਹ ਵਾਲ ਜਿਵੇਂ ਘਰਾਂ ਦੇ ਵਿੱਚ ਵਹਿੰਦਾ ਹੈ, ਹਰ ਜਾਨਵਰ ਕੋ ਪਤਾ ਹੁੰਦਾ ਹੈ ਵੀ ਇਹ ਮੇਰਾ ਘਰ ਹੈ, ਉਹ ਆਟੋਮੈਟਿਕ ਆਪਣੇ ਘਰ ਵਾਲੇ ਪਾਸੇ ਇਹ ਆਪਣੇ ਰਸਤਾ ਕਿਵੇਂ ਵੈਸੇ? ਜੀ ਹਾਂ। ਅੱਛਾ ਇਹ ਅਕਸਰੀਅਤ ਸਾਰੀ ਗੱਭਣਾ ਨਹੀਂ ਥਾ? ਇਹ ਅਕਸਰੀਅਤ ਇਸ ਟਾਈਮ ਗੱਭਣਾ ਹੈ। ਅੱਛਾ ਚੜੀਆਂ ਵਧੀਆ ਜਾਂਦੀਆਂ ਸਾਰੀਆਂ ਬੱਕਰੀਆਂ ਕਿਉਂਕਿ ਮੌਸਮ ਹੈ ਨਾ। ਠੀਕ, ਇਹ ਵੱਲ ਸਰਦੀਆਂ ਕੱਟ ਕੇ ਸੂਸ ਹਨ ਸਾਰੀਆਂ? ਜੀ ਹਾਂ, ਔਰ ਲੋਕਾਂ ਦੀ ਕੋਸ਼ਿਸ਼ ਵੀ ਇਹ ਹੁੰਦੀ ਹੈ ਵੀ ਅੱਜ ਜਿਹੜੇ 2 ਮਹੀਨੇ ਪਹਿਲੇ ਬਣੀਆਂ ਉਹ ਨਾ ਬਣਵਾਉਂ, 2 ਮਹੀਨੇ ਬਾਅਦ ਬਣਵਾਉਂ, ਕਿਉਂਕਿ ਸਰਦੀਆਂ ਦੇ ਵਿੱਚ ਫਲ ਨਹੀਂ ਬਣਦੇ, ਸਰਦੀ ਆਉਂਦੀ ਹੈ ਜ਼ਿਆਦਾ, ਜਿਤਨੀਆਂ ਜਿਹੜੇ ਹੁਣ ਅੱਜ 10 ਦਿਹਾੜੇ ਬਾਅਦ ਸੂਸ ਹਨ ਜਾਂ ਹੁਣ ਸੋਨੀਆਂ ਵਧੀਆਂ, ਉਹਨਾਂ ਫਲਾਂ ਵਾਸਤੇ ਮਸਲਾ ਹੈ। ਅੱਛਾ ਮਾਲ ਤਾਂ ਹੁਣ ਹਰ ਬੰਦਾ ਰੱਖੀ ਪਈ ਹੈ, ਤਕਰੀਬਨ 5-7-8-10 ਪਾਰੂ ਹਰ ਬੰਦੇ ਕੋਲ ਬਸੇ ਵੀ ਸਟੈਪ ਜਾਏਗਾ, ਤੁਸੀਂ ਕਿਹਾ ਆਦੇ ਬਈ ਇੱਕ ਨਸਲ ਬਣਾਉਣ ਵਾਸਤੇ ਜਿਵੇਂ ਕਿ ਬੱਕਰਾ ਤੁਹਾਨੂੰ ਨਜ਼ਰ ਆਉਂਦਾ ਪਈ ਹੈ, ਜਾਂ ਇੱਕ ਪ੍ਰੋਪਰ ਇੱਕ ਜ਼ਬਰਦਸਤ ਜਿਵੇਂ ਬੱਕਰੀਆਂ ਹੋਵੇ, ਅਯੋੜ ਹੋਵੇ, ਇੱਕੋ ਜਿਹੀਆਂ ਹੋਵੇ, ਤੁਸੀਂ ਕਿਹਾ ਦੇਵੇ ਬਈ ਉਹ ਨਸਲ ਬਣਾਉਣ ਵਾਸਤੇ ਕਿਤਨਾ ਅਰਸਾ ਦਰਕਾਰ ਹੁੰਦਾ ਹੈ ਇੱਕ ਸੋਹਣੀ ਜਿਹੀ ਨਸਲ? ਹੁਣ ਤਾਂ ਹੁਣ ਮਕਸਦ ਡਿਸਮਿਸ ਤਾਂ ਸਾਰੀਆਂ ਵਧੀਆ ਰਹਿੰਦੀਆਂ, ਇੱਕ ਅੱਛੀ ਨਸਲ ਬਣਾਉਣ ਵਾਸਤੇ ਕਿਤਨਾ ਅਰਸਾ ਦਰਕਾਰ ਹੁੰਦਾ ਹੈ? ਅੱਛੀ ਨਸਲ ਜਿਹੜੀ ਹੈ ਨਾ ਸਹੀ, ਉਹ ਅਗਰ ਬਾਜ਼ਾਰੋਂ ਗਿਣ ਕੇ ਬਣਾਓ ਇੱਕੇ ਨਸਲ ਦੇ, ਉਹਦੇ ਵਾਸਤੇ ਪੈਸਾ ਪੈਸੇ ਦੀ ਜ਼ਰੂਰਤ ਤਾਂ ਉਹ ਇੱਕ ਮਹੀਨੇ 'ਚ ਹੀ ਬਣ ਸਕਦੀ ਹੈ। ਅੱਛਾ, ਯਾਨੀ ਕਿ ਜਿਹੜੀ ਹੁਣ ਜਿਤਨੀਆਂ ਨਾ ਮਿਕਸ ਨਸਲਾਂ ਨੇ ਵਧੀਆ, ਉਹ ਵੇਚ ਕੇ 20 ਬੱਕਰੀਆਂ ਵੇਚ ਕੇ ਤਾਂ 10 ਗਿਨੋ ਚਾਹ, ਉਹ ਕੋਈ ਪ੍ਰੋਬਲਮ ਨਹੀਂ। ਜਿਹੜੀ ਘਰ ਦੀ ਨਸਲ ਹੈ ਇੱਕ ਬੱਕਰੀ 'ਚੋਂ ਜਾਂ 2 ਬੱਕਰੀ 'ਚੋਂ। ਅੱਛਾ, ਤੁਹਾਡੇ ਬਸ ਤੁਹਾਡੇ ਉਹ ਮਸਲਾ ਹੁੰਦਾ ਹੈ, ਉਹਦੇ ਵਾਸਤੇ 10 ਸਾਲ ਲੱਗ ਜਾਂਦੇ ਹਨ ਕਮ ਅਜ਼ ਕਮ ਇੱਕ ਬੱਕਰੀ 'ਚ ਮੁਕੰਮਲ ਨਸਲ ਬਣਾਉਣ ਵਾਸਤੇ। ਅੱਛਾ, ਯਾਨੀ ਕਿ ਇੱਕ ਬੱਕਰੀ 'ਚੋਂ 20 ਨਾਗ ਕਰਨ ਵਾਸਤੇ, 30 ਕਰਨ ਵਾਸਤੇ 10 ਸਾਲ ਦਾ ਪ੍ਰੋਸੈਸ ਚਾਹੀਦਾ। ਠੀਕ, ਅਤੇ ਤੁਸੀਂ ਸਾਰੇ ਜਵਾਬ ਨੂੰ ਇਸ ਸਾਈਡ 'ਤੇ ਮਾਲ ਜੀ ਸਾਈਡ 'ਤੇ ਵਧਾਏ ਹੁਣ ਇਹ ਬੱਕਰੀ ਖੜੀ ਹੈ ਸਾਹਮਣੇ, ਰੱਤੀ ਬੱਕਰੀ ਖੜੀ ਹੈ, ਇਹ ਐਵਰੇਜ ਕਿਤਨਾ ਮੁੱਲ ਹੋ ਸੀ ਵੱਧ ਤੋਂ ਵੱਧ? ਕਿਉਂਕਿ ਜਿਵੇਂ ਬਾਜ਼ਾਰ ਦੇ ਵਿੱਚ ਹੋਵੇ ਭਾਵੇਂ ਕਿਸੇ ਚੀਜ਼ ਦੀ ਨਸਲ ਵੀ ਹੋਵੇ, ਲੇਕਿਨ ਬਾਜ਼ਾਰ ਦੇ ਨਾਲ ਜ਼ਰੂਰਤ ਹੁੰਦੀ ਹੈ, ਤਾਕਤ ਨਾਲ ਹੁੰਦੀ ਹੈ, ਉਸਦੇ ਦੰਦਾਂ ਨਾਲ ਹੁੰਦੀ ਹੈ। ਨਾਰਮਲ ਬੱਕਰੀ 60-70 ਹਜ਼ਾਰ ਦੀ ਗੱਭਣ ਬੱਕਰੀ? ਠੀਕ। ਅੱਛਾ ਨਾ ਇਹ ਜਿਹੜੇ ਨਵੇਂ ਬੰਦੇ ਨੇ ਹੁਣ ਸਾਫ ਜਿਹੜੇ ਹਰ ਬੰਦੇ ਦੀ ਇਤਨੀ ਔਸਤ ਤੱਕ ਨਹੀਂ ਬਈ 60-70 ਹਜ਼ਾਰ ਬੱਕਰੀ ਗਿਣ ਦੇ ਰੱਖੇ, ਤਾਂ ਲੋਕ ਕੁਝ ਲੋਕ ਨਾ ਪੱਠਾਂ ਤੋਂ ਸ਼ੁਰੂ ਕਰਦੇ, ਛੋਟੀ ਬੱਕਰੀ ਪੱਟ ਗਿਣਾ ਸਨ 6-7, ਤੁਸੀਂ ਉਹ ਕੁਝ ਜ਼ਿਆਦਾ ਰਿਕਮੈਂਡ ਕਰਦੇ ਵੇ ਬਈ ਉਹ ਸਹੀ ਹੈ ਜਾਂ ਹੀ ਖਾਂਗੜ ਬੱਕਰੀ ਗਿਣਾਵੇਂ ਅਤੇ ਉਹ ਮਕਸਦ ਜਿਹੜੇ ਰਲਾਵੇਂ ਜਾਂ ਚਲਾਵੇਂ ਉਹ ਠੀਕ ਹੈ? ਜੀ ਹਾਂ, ਠੀਕ। ਸਹੀ, ਜਿਹੜੀ ਹੱਥਾਂ ਗਿਣ ਕੇ ਆਸੂ ਨਾ ਸਰ, ਉਹ 6-7 ਮਹੀਨਿਆਂ ਦੇ ਵਿੱਚ ਉਹ ਫਲ ਲੈਂਦੇ ਸੀ। ਅੱਛਾ,